ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ? ਕਰਦੇ ਹਾਂ ਨਵੇਂ ਵੀਡੀਓ 'ਤੇ ਸਟਾਰਟ, ਅਤੇ ਟਾਈਮ ਹੋ ਗਿਆ 4:35, ਅਤੇ ਗੱਭਰੂ ਕਹਿੰਦੇ ਮੇਰੇ ਨਾਲ ਆ। ਹੈਲੋ ਕਰਦੇ ਹੋ ਮੁੰਡਿਓ? ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਚੱਲੇ ਅੱਜ ਫਿਰ ਕਹਿੰਦੇ ਆਪਣੇ ਸਬ ਇੰਸਪੈਕਟਰ ਦੀ ਤਿਆਰੀ ਕਰਨ, ਅਤੇ ਰੁਮਾਲ ਕਿਉਂ ਬੰਨਿਆ? ਸ਼ੋਅ ਨੂੰ ਨਹੀਂ ਬੰਨਿਆ, ਸਿਰ ਦੁਖੀ ਜਾਂਦਾ ਸੀਗਾ, ਅਤੇ ਬਾਰਿਸ਼ ਪਈ ਹੋਈ ਆ ਉਹਦੇ ਕਰਕੇ ਥੋੜ੍ਹਾ ਜਿਹਾ ਰਾਤ ਨੂੰ, ਤੁਹਾਨੂੰ ਪਤਾ ਹੀ ਆ, ਹੈ ਨਾ, ਅਤੇ ਸਿਰ ਦੁਖੀ ਜਾਂਦਾ ਵਾ, ਇਸ ਕਰਕੇ ਬੰਨਿਆ। ਅਤੇ ਬਹੁਤ ਸੋਹਣਾ ਮੌਸਮ ਹੈ, ਅਤੇ ਵਲੌਗ ਆ ਜਿਹੜਾ ਆਪਾਂ ਉਸੇ ਅਗਲੇ ਦਿਨ ਰਾਤ ਪਹਿਲਾਂ ਤੁਸੀਂ ਵੀਡੀਓ ਵੇਖੀ ਹੋਣੀ ਹੈ ਸੰਧਾਰੇ ਵਾਲੀ, ਜਿਹਦੇ ਵਿੱਚ ਮੰਮੀ ਅਤੇ ਮੈਂ ਗਏ ਸੀ ਬਾਜ਼ਾਰ ਅਤੇ ਲੈ ਕੇ ਆਏ ਸੀਗੇ ਬਿਸਕੁਟ। ਅਤੇ ਅਗਲੇ ਦਿਨ ਦੀ ਵੀਡੀਓ ਹੈ ਅਤੇ ਸੁਬਾਹ ਦੀ, ਅਤੇ ਆ ਜਾਓ ਕਰਦੇ ਹਾਂ ਵੀਡੀਓ ਸਟਾਰਟ। ਕਹਿੰਦੇ ਮਿੱਤਰੋ, ਸਾਡੇ ਜਲਾਲਾਬਾਦ ਏਰੀਏ ਦੇ ਅੱਡੇ ਦਾ ਮਾਹੌਲ ਵਿਖਾਉਣੇ ਆ ਤੁਹਾਨੂੰ ਸਵੇਰੇ ਸਵੇਰੇ, ਅਤੇ ਬੜਾ ਘੈਂਟ ਮਾਹੌਲ ਆ। ਕਈ ਸਵਾਰੀਆਂ ਜਿਹੜੀਆਂ ਬੱਸ ਦੀ ਵੇਟ ਕਰਦੇ ਪਏ ਆ, ਕਈ ਟੀਚਰ ਆ ਜਿਹੜੇ ਦੂਰ ਦੂਰ ਜਿਨ੍ਹਾਂ ਦੀ ਡਿਊਟੀ ਆ, ਉਹ ਤਿਰੰਗਾ ਉਹ ਖੜ੍ਹੇ ਹੋਏ ਆ, ਹੈ ਤਿਰੰਗਾ ਵੇਟ। ਹਾਂ, ਤੁਹਾਨੂੰ ਉੱਥੇ ਲਾਈਟਾਂ ਦਾ ਆਪਣਾ ਇੰਡੀਆ ਦਾ ਝੰਡਾ ਤਿਰੰਗਾ ਵੀ ਦਿਖਾਉਣੇ ਆ, ਠੀਕ ਆ। ਟਰੱਕ ਕਹਿੰਦੇ ਜਾ ਰਹੇ ਆ ਮੇਰੇ ਮਿੱਤਰੋ, ਇੱਧਰ ਕਹਿੰਦੇ ਅੰਕਲ ਹੁਣੀ ਆਪਦਾ ਕੰਮ ਕਰੀ ਜਾਂਦੇ ਆ। ਬਹੁਤ ਮਾਹੌਲ ਆ, ਤੜਕੇ ਕਹਿੰਦੇ ਮੁੰਡੇ ਉਹ ਤਿਰੰਗਾ ਦੂਰ ਆ, ਉਹ ਦੂਰ ਆ ਤਿਰੰਗਾ, ਤੁਹਾਨੂੰ ਤਿਰੰਗਾ ਵੀ ਦਿਖਾਉਣੇ ਆ ਮਿੱਤਰੋ। ਵੈਲਕਮ ਤਿਰੰਗਾ, ਹਾਂ ਮੋਸਟ ਵੈਲਕਮ। ਤਾਂ ਕਹਿੰਦੇ ਜਿਹੜੇ ਵੀ ਸ਼ਹਿਰ ਜਾਓਗੇ ਉੱਥੇ ਕੁਛ ਨਾ ਕੁਛ ਚੀਜ਼ ਕਿਸੇ ਵੱਖ ਕੀਤੀ ਹੁੰਦੀ ਹੈ, ਕਿਸੇ ਦੇ ਝੰਡੇ ਲਾਏ ਹੋਏ, ਸਾਡੇ ਲਾਈਟਾਂ ਨਾਲ ਬਣਾਏ ਹੋਏ ਆ, ਠੀਕ ਆ। ਅਤੇ ਦਿਖਾਉਣੇ ਤੁਹਾਨੂੰ ਤਿਰੰਗਾ, ਆਹ ਵੇਖ ਲਓ ਬੱਸ ਸਟੈਂਡ ਹੀ ਆ ਇਹ, ਆਓ। ਇੱਧਰ ਆਪਣੇ ਜਿਹੜੇ ਵਿਚਾਰੇ ਉਹ ਵੀ ਸੋ ਕੇ ਉੱਠ ਖੜ੍ਹੇ ਆ, ਅਤੇ ਇੱਧਰ ਵੇਖੋ ਮੇਰੇ ਵੀਰੇ ਤਿਰੰਗਾ, ਕਹਿੰਦੇ 1, 2, 3 ਰੰਗ ਨਹੀਂ ਲੱਭਣੇ ਬੀਬਾ, ਇਹੀ 3 ਰੰਗ ਆ, 3 ਰੰਗ ਨਹੀਂ ਲੱਭਣੇ ਬੀਬਾ, ਹੁਸਨ ਜਵਾਨੀ ਅਤੇ ਮਾਪੇ। ਕਿਉਂ ਵੀ ਠੀਕ ਆ, ਕਿਹੜੇ 3 ਰੰਗ ਨਹੀਂ ਲੱਭਣੇ? ਆ ਹੁਸਨ, ਆ ਜਵਾਨੀ ਅਤੇ ਉਹ ਮਾਪੇ, ਕਿਉਂਕਿ ਜਵਾਨੀ ਸਫੇਦ ਹੁੰਦੇ ਆ। ਮਿਲ ਕੇ ਬਣਦਾ ਪੰਜਾਬ, ਪੰਜਾਬ ਦੇ ਵਿੱਚ ਬਣਦੇ ਆ ਮਿੱਤਰੋ, ਮੁੰਡੇ ਕੁੜੀਆਂ ਜਵਾਕ ਦੋਸਤ ਪਰਿਵਾਰ, ਅਤੇ ਤੁਹਾਡਾ ਇੱਕ ਨਿਮਾਣਾ ਜਿਹਾ ਦੋਸਤ ਜਿਹੜਾ ਕਰ ਰਿਹਾ ਵਲੋਗਿੰਗ, ਕਹਿੰਦੇ ਮੇਰੇ ਮਿੱਤਰੋ। ਅਤੇ ਚਲੋ ਹੁਣ ਅਸੀਂ ਇੱਥੋਂ ਆਪਦੀ ਰਾਹ ਕਰਦੇ ਹਾਂ ਸਟਾਰਟ, ਅਤੇ ਤੁਹਾਨੂੰ ਮਿਲਦੇ ਹਾਂ ਭਿੱਜ ਕੇ, ਠੀਕ ਆ। ਓਕੇ, ਪੂਰਾ ਭਿੱਜ ਕੇ ਮਿਲਾਂਗੇ, ਐਵੇਂ ਨਹੀਂ ਵਿਖਾਵੇ ਲਈ ਨਹੀਂ ਕਰਦੇ, ਪੂਰਾ ਭਿੱਜ ਕੇ ਮਿਹਨਤ ਕਰਕੇ ਮਿਲਾਂਗੇ। 4:55, ਠੀਕ ਹੈ, ਚਲੋ ਮਿਲਦੇ ਹਾਂ ਮਿੱਤਰੋ। ਬਾਕੀ ਹਾਂ ਸੱਚ, ਇੱਕ ਤੁਹਾਨੂੰ ਮੈਂ ਗੱਲ ਦੱਸਦਾ, ਥੱਲੇ ਕਮੈਂਟ ਨਾ ਕਰਿਓ ਜੇ ਕੋਈ ਮੇਰਾ ਵੀਰ ਭਰਾ ਕਰੋ ਵੀ ਤੁਸੀਂ ਇਸ ਰੋਡ 'ਤੇ ਭੱਜੀ ਜਾਂਦੇ ਹੋ, ਹੈ ਨਾ, ਵੀ ਗਰਾਊਂਡ 'ਚ ਭੱਜਣਾ ਵਧੀਆ ਹੁੰਦਾ, ਮਿੰਟੂ ਕਿਉਂ ਨਹੀਂ ਆਪਾਂ ਭੱਜਦੇ ਪਏ? ਬਾਰਿਸ਼ ਪਈ ਸੀ ਤਾਂ ਕਰਕੇ। ਉੱਚੀ ਬੋਲ ਤੁਹਾਡਾ। ਮੈਂ ਕਿਹਾ ਬਾਰਿਸ਼ ਪਈ ਸੀ ਤਾਂ ਕਰਕੇ। ਹਾਂ, ਬਾਰਿਸ਼ ਪਈ ਸੀ, ਗਰਾਊਂਡ ਗਿੱਲਾ, ਅਤੇ ਤਾਂ ਕਰਕੇ ਫਿਰ ਅਸੀਂ ਰੋਡ 'ਤੇ ਲੰਘ ਜਾ ਰਹੇ ਹਾਂ। ਅਤੇ ਪੂਰੇ ਇੱਕ ਨਾਲ ਸਾਡੇ ਟੋਰ 'ਚ ਲੱਗਦੀ ਹੁੰਦੀ ਹੈ ਫਲੈਸ਼ ਲਾਈਟ, ਵੀ ਜੇ ਕੋਈ ਹਨੇਰਾ ਆਉਂਦਾ ਤਾਂ ਕਾਰ ਨੂੰ ਪਤਾ ਲੱਗ ਜਾਏ। ਵੀ ਗੱਭਰੂ ਅਤੇ ਚੋਬਰ ਕਹਿੰਦੇ ਭੱਜਦੇ ਪਏ ਆ ਮੇਰੇ ਮਿੱਤਰੋ, ਭੱਜਦੇ ਪਏ ਆ। ਚਲੋ ਮਿਲਦੇ ਹਾਂ, ਅੱਜ ਮਾਹੌਲ ਵਧੀਆ ਵਾ, ਮੂਡ ਵੀ ਵਧੀਆ, ਅਤੇ ਆ ਜਾਓ। ਕਹਿੰਦੇ ਦੋਸਤੋ, ਸਰਕਾਰੀ ਹਸਪਤਾਲ ਵੇਖੋ, ਇਹ ਸਾਡੇ ਏਰੀਏ ਦਾ ਸਰਕਾਰੀ ਹਸਪਤਾਲ ਆ। ਆਈ ਡੋਂਟ ਨੋ, ਮੈਂ ਲੱਗਦਾ 100 ਬੈੱਡਾਂ ਦਾ ਹੈਗਾ, 100 ਬੈੱਡਾਂ ਦਾ ਕਿ 50 ਦਾ, ਹਾਂ ਹਾਂ ਇੰਨੇ ਕੁ ਬੈੱਡਾਂ ਦਾ ਹੈਗਾ ਵਾ, ਅਤੇ ਵੈਲਟੀਨੇਟਰ ਵੀ ਹੈਗੇ ਆ ਮੈਨੂੰ ਲੱਗਦਾ, ਹੈ ਨਾ, ਇੱਥੇ, ਅਤੇ ਬਾਕੀ ਸਾਰੀ ਸੁਵਿਧਾ ਹੈਗੀ ਆ ਵੀਰੇ ਇੱਥੇ। ਅਤੇ ਵੇਖੋ ਇੱਧਰ, ਮੇਰੇ ਸਾਹ ਦੀ ਆਵਾਜ਼ ਵੀ ਆਉਂਦੀ ਹੋਊਗੀ ਤੁਹਾਨੂੰ, ਕਿਉਂ ਡਿਸਟ੍ਰਿਕਟ ਦਾ ਸਾਰਿਆਂ ਨਾਲੋਂ ਵੱਡਾ, ਪੂਰਾ ਪਸੀਨੋ ਪਸੀਨ ਹੋ ਚੁੱਕਿਆ ਵੇਖ ਲਓ,
ਇਹ ਜਿਹੜੇ ਅੱਡੇ ਤੋਂ ਲੈ ਕੇ ਇੱਥੋਂ ਤੱਕ 2 ਕਿਲੋਮੀਟਰ ਬਣਦਾ ਹੈ ਨਾ, ਅਤੇ 2 ਕਿਲੋਮੀਟਰ ਮਿੱਤਰ ਅਸੀਂ ਰਨਿੰਗ ਲਾ ਲਈ ਅਤੇ ਸੜਕ ਪੱਕੀ ਆ ਹੈ ਨਾ, ਅਤੇ ਉਹਦੇ ਕਰਕੇ ਥੋੜ੍ਹਾ ਔਖਾ ਹੁੰਦਾ, ਥੋੜ੍ਹਾ ਚਾਨੇ 'ਚ ਜਾ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ। ਤਾਂ ਦੋਸਤੋ ਸਾਡੇ ਇੱਧਰ ਮਗਰ ਬਾਬਾ ਜੀ ਦੀ ਦਰਗਾਹ, ਅਸੀਂ ਇੱਥੇ ਆ ਕੇ ਮੱਥਾ ਟੇਕੀਦਾ। ਇੱਕ ਦਰਗਾਹ ਇੱਥੇ ਆ, ਇੱਕ ਆਪਣੇ ਗਰਾਊਂਡ 'ਚ ਆ, ਅਤੇ ਬਾਬਾ ਜੀ ਦਾ ਦਰਸ਼ਨ ਕਰ ਲਈਦਾ, ਸਵੇਰੇ ਸਵੇਰੇ ਮੱਥਾ ਟੇਕ ਕੇ ਜਾਈਦਾ, ਬਹੁਤ ਸਕੂਨ ਮਿਲਦਾ ਵਾ। ਅਤੇ ਬਾਬੇ ਤੋਂ ਅਰਦਾਸ ਵੀ ਕਰਕੇ ਜਾਈਦੀ ਆ ਕਿ ਰੱਬਾ ਸਾਨੂੰ ਪਾਰ ਲਾ ਦੇ ਸਾਡਾ ਬੇੜਾ। ਅਤੇ ਇੱਥੇ ਆ ਕੇ ਇੱਥੇ ਜਗ੍ਹਾ ਬਣੀ ਹੋਈ, ਇੱਥੇ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰ ਲਈਦਾ, ਨਹੀਂ ਤਾਂ ਗਰਾਊਂਡੇ ਕਰ ਲਈਦਾ। ਅਤੇ ਤੁਹਾਨੂੰ ਮੇਰੀ ਸ਼ਕਲ ਨਹੀਂ ਦੱਸਦੀ ਹੋਣੀ, ਅਤੇ ਮਿਲਦਾ ਰੋਕੇ। ਤਾਂ ਮਿੱਤਰੋ ਸੈਕਰਡ ਹਾਰਟ ਸਕੂਲ ਆ, ਦੇਖ ਲਓ ਕਿੱਡਾ ਵੱਡਾ ਵਾ, ਅਤੇ ਉਹ ਬੰਨੇ ਸ਼ੁਰੂ ਹੁੰਦਾ ਵਾ, ਅਤੇ ਇਹ ਬੰਨੇ ਆ ਕੇ ਮੁੱਕਦਾ, ਅਤੇ ਇਹ ਇੱਧਰ ਜਵਾਕਾਂ ਦਾ ਆ ਗਿਆ ਵਾ, ਇੱਧਰ ਵੱਡੇ ਬੱਚਿਆਂ ਦਾ ਆ ਗਿਆ। ਖਬਰੇ ਮੈਨੂੰ ਲੱਗਦਾ ਬੰਦ ਆ ਕੇ ਖੁੱਲ੍ਹ ਕੇ, ਅਤੇ ਉਹ ਮੇਰੇ ਮਿੱਤਰੋ ਸਾਡੇ ਏਰੀਏ ਦਾ ਬੋਰਡ ਆ ਗਿਆ, ਕਹਿੰਦੇ ਜਲਾਲਾਬਾਦ ਆ ਮੇਰੇ ਵੀਰੇ, ਉਹ ਜਲਾਲਾਬਾਦ। ਅਤੇ ਇੱਧਰ ਤਾਂ ਹਾਊਸ ਜੋਸ਼ ਫੁੱਲ ਐਨਰਜੀ ਫਰੈਸ਼। ਇੱਦਾਂ ਮੇਰੇ ਦੋਸਤੋ ਆਪਾਂ ਜਿਹੜੀ ਰਨਿੰਗ ਲਾ ਕੇ ਆ ਗਏ ਹਾਂ, ਇੱਕ ਪੂਰਾ ਪਸੀਨੇ ਨਾਲ ਭਿੱਜੇ ਹੋਏ ਹਾਂ, ਅਤੇ ਟਾਈਮ ਹੋ ਗਿਆ ਕਿੰਨਾ, 5:38 ਹੋ ਗਏ, ਅਤੇ ਹੁਣ ਚੱਲਦੇ ਹਾਂ ਆਪਾਂ ਘਰੇ। ਮਤਲਬ ਅਸੀਂ ਇੱਧਰੋਂ ਪਹਿਲਾਂ ਸਪੀਡ ਨਾਲ ਭੱਜੀਦਾ, ਫਿਰ ਉੱਧਰੋਂ ਜਿਹੜਾ ਹੈਗਾ ਅਸੀਂ ਹਾਂ ਕਿਲੋ ਕੁ ਮੀਟਰ ਭੱਜ ਕੇ ਕਿਲੋ ਕੁ ਮੀਟਰ ਸੈਰ ਕਰ ਲਈਦਾ, ਅਤੇ ਨਾਲੇ ਕਰ ਲਈਦੀ ਐਕਸਰਸਾਈਜ਼, ਉਹਦੇ ਨਾਲ ਜਿਹੜਾ ਸਰੀਰ ਫਿੱਟ ਰਹਿੰਦਾ ਹੈ ਨਾ। ਅਤੇ ਹੁਣ ਜਾ ਕੇ ਤੁਹਾਨੂੰ ਮੈਂ ਘਰੇ ਆਪਦੀ ਡਾਇਟ ਵੀ ਬਾਰੇ ਦੱਸੂੰਗਾ, ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਮੇਰੇ ਵੀਰਿਓ, ਵੀਡੀਓ ਪੂਰੀ ਦੇਖਿਓ, ਕਹਿੰਦੇ ਗੱਭਰੂ ਤੁਹਾਨੂੰ ਡਾਇਟ ਵੀ ਦੱਸੂਗਾ। ਚਲੋ ਹਾਸੇ ਵਾਲੀ ਗੱਲ ਹੋ ਗਈ, ਡਾਇਟ ਬਾਰੇ ਵੀ ਦੱਸਾਂਗੇ, ਅਤੇ ਪ੍ਰੋਪਰ ਪ੍ਰੋਪਰ ਠੀਕ ਆ। ਅਤੇ ਇਹਨੂੰ ਇੱਕ ਦਿਨ ਪੂਰੀ ਇਹਦੀ ਵੀਡੀਓ ਆਊਗੀ, ਕਸਰਤ ਕਰਦੇ ਦੀ, ਐਕਸਰਸਾਈਜ਼ ਕਰਦੇ ਦੀ। ਤਾਂ ਇਹਦਾ ਇੰਸਟਾਗ੍ਰਾਮ ਆਈ ਡੀ ਮੈਂ ਇੱਥੇ ਥੱਲੇ ਮੈਂਸ਼ਨ ਕਰ ਦੂੰਗਾ, ਅਤੇ ਜਾਇਓ ਜਾ ਕੇ ਫੋਲੋ ਕਰਿਓ, ਲੰਘ ਜਾ। ਕਹਿੰਦੀ ਇੰਸਟਾਗ੍ਰਾਮ ਆਈ ਡੀ ਇੱਥੇ ਮੈਂਸ਼ਨ ਕਰ ਦੂੰਗਾ ਮੈਂ, ਅਤੇ ਜਾ ਕੇ ਫੋਲੋ ਕਰ ਲਿਓ। ਮੇਰੀ ਵੀ ਇੰਸਟਾਗ੍ਰਾਮ ਆਈ ਡੀ ਇੱਥੇ ਸ਼ੋ ਹੋ ਜੂਗੀ, ਨਾਲੇ ਡਿਸਕ੍ਰਿਪਸ਼ਨ 'ਚ ਵੀ ਹੈਗੀ ਹੈ, ਜਾ ਕੇ ਜ਼ਰੂਰ ਫੋਲੋ ਕਰਿਓ ਭਰਾ ਨੂੰ, ਅਤੇ ਹੌਸਲਾ ਦਿਆ ਜੇ। ਚਲੋ ਹੁਣ ਸਿੱਧਾ ਮਿਲਦੇ ਤੁਹਾਨੂੰ ਘਰੇ ਜਾ ਕੇ, ਅਤੇ ਡਾਇਟ ਕਰ। ਆਹ ਸਾਡੇ ਬਿਲਡਿੰਗ ਜੀ ਤਿਆਰ ਹੋਈ ਜਾਂਦੀ ਹੈ, ਅਤੇ ਪੇਂਟ ਵੇਖਿਓ ਕਿੱਡਾ ਸੋਹਣਾ, ਓਪਨ ਥੀਏਟਰ ਤਿਆਰ ਹੋ ਰਿਹਾ, ਅਤੇ ਪੇਂਟਿੰਗ ਵੇਖੋ ਕਿਹੜੇ ਬੰਦੇ ਨੇ ਕੀਤੀ, ਸਿਰਾ ਲਾ ਤਾ ਬਾਬੇ, ਸਿਰਾ ਸਿਰਾ ਲਾਇਆ ਪਿਆ। ਜਦੋਂ ਤਿਆਰ ਹੋ ਗਈ ਤੁਹਾਨੂੰ ਫਿਰ ਵਿਖਾਵਾਂਗੇ। ਅੱਖ ਚੰਗਾ ਗੁਆਂਢੀਓ, ਬਾਏ ਬਾਏ ਬਾਏ, ਮਿਲਦੇ ਹਾਂ ਸ਼ਾਮ ਨੂੰ, ਲਵ ਯੂ, ਟਾਟਾ। ਤਾਂ ਫਾਈਨਲੀ ਮਿੱਤਰੋ ਆਪਾਂ ਆ ਗਏ ਘਰੇ, ਅਤੇ ਘਰੇ ਆ ਕੇ ਅਤੇ ਥੋੜ੍ਹਾ ਬਹੁਤਾ ਪਸੀਨਾ ਸੁਕਾ ਕੇ, ਅਤੇ ਉਸ ਤੋਂ ਬਾਅਦ ਜਿਹੜੀ ਆਪਣੀ ਜਿਹੜੀ ਸਾਹ ਨੂੰ ਆਪਣੇ ਨੂੰ ਨੋਰਮਲ ਕਰਕੇ ਜਦੋਂ ਪੂਰੇ ਰਿਲੈਕਸ ਆਪਾਂ ਹੋ ਜਾਈਏ, ਤਾਂ ਉਸ ਤੋਂ ਬਾਅਦ ਜਿਹੜੇ ਮੈਂ ਚੀਜ਼ ਖਾਣਾ, ਦੇਖੋ ਬਦਾਮ ਭਿਓਏ ਹੋਏ ਆ, ਬਦਾਮ ਆ 5-7 ਬਦਾਮ ਆ, ਛੋਲੇ ਆ ਅਤੇ ਸੋਗੀ ਆ। ਤਾਂ ਇਹ ਡਾਇਟ ਮੈਂ ਆ ਕੇ ਬ੍ਰਸ਼ ਵਗੈਰਾ ਕਰਕੇ ਅਤੇ ਮੈਂ ਇਹ ਚੀਜ਼ ਖਾਂਦਾ ਵਾਂ, ਅਤੇ ਉਸ ਤੋਂ ਬਾਅਦ ਨੋਰਮਲ ਆਪਦੀ ਜੇ ਦੁੱਧ ਪੀਣਾ ਦੁੱਧ ਪੀ ਲਓ, ਚਾਹ ਪੀਣੀ ਚਾਹ ਪੀ ਲਓ, ਕੌਫੀ ਪੀਣੀ ਕੌਫੀ ਪੀ ਲਓ। ਅਤੇ ਮੈਂ ਜਿਹੜਾ ਹੈਗਾ ਮੈਂ ਕੌਫੀ ਲੈਂਦਾ, ਕਿਉਂਕਿ ਕੌਫੀ ਦੇ ਵਿੱਚ ਕੀ ਹੁੰਦਾ, ਥੋੜ੍ਹੀ ਐਨਰਜੀ ਆਪਾਂ ਨੂੰ ਵਾਪਸ ਆ ਜਾਂਦੀ ਹੈ ਕੌਫੀ ਦੇ ਨਾਲ, ਇਸ ਕਰਕੇ ਮੈਂ ਜਿਹੜਾ ਕੌਫੀ ਪ੍ਰੈਫਰ ਕਰਦਾ। ਜੇ ਚਾਹ ਨਾਲ ਤਾਂ ਚਾਹ ਪੀ ਲਓ, ਜੋ ਵੀ ਤੁਹਾਡਾ ਦਿਲ ਕਰਦਾ ਜਾਂ ਜੋ ਵੀ ਮਤਲਬ ਹੁੰਦਾ ਹੈ ਨਾ ਬੰਦੇ ਨੂੰ, ਤੁਸੀਂ ਉਹ ਕਰ ਸਕਦੇ ਹੋ। ਉਸ ਤੋਂ ਬਾਅਦ ਘੰਟੇ ਬਾਅਦ ਮੈਂ ਇਸ ਤੋਂ ਬਾਅਦ ਓਟਸ ਲਊਂਗਾ, ਓਟਸ 60-65 ਰੁਪਏ ਦਾ ਪੈਕਟ ਆ ਜਾਂਦਾ, ਓਟਸ ਲੈਣੇ ਓਟਸ ਲੈ ਲਓ, ਦਲੀਆ ਜੇ ਆਪਾਂ ਦਲਾ ਕੇ ਲਿਆਉਣਾ ਤਾਂ ਦਲੀਆ ਤੁਸੀਂ ਖਾ ਸਕਦੇ ਹੋ। ਤਾਂ ਇਹ ਵਾਲੀ ਜਿਹੜੀ ਡਾਇਟ ਆਪਾਂ ਲੈ ਸਕਦੇ ਹਾਂ। ਉਸ ਤੋਂ ਬਾਅਦ ਜੇ ਪੂਰੀ ਰੂਟੀਨ ਦੀ ਜੇ ਤੁਹਾਨੂੰ ਡਾਇਟ ਦੀ ਚਾਹੀਦੀ ਹੋਈ ਤਾਂ ਮੈਨੂੰ ਕਮੈਂਟ ਕਰ ਦਿਓ ਥੱਲੇ, ਤਾਂ ਮੈਂ ਪੂਰੇ ਦਿਨ ਦਾ ਜਿਹੜਾ ਡਾਇਟ ਆਪਦਾ ਸਿਸਟਮ ਆ ਤੁਹਾਨੂੰ ਮੈਂ ਇਹਦੀ ਪ੍ਰੋਪਰ ਵੀਡੀਓ ਬਣਾ ਦੂੰਗਾ, ਅਤੇ ਤੂੰ ਜੇ ਚੰਗਾ ਲੱਗੇ ਤਾਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ, ਜੇ ਨਾ ਚੰਗਾ ਲੱਗਿਆ ਤਾਂ ਜੋ ਕਿਸੇ ਦਾ ਦਿਲ ਕਰੇ ਹੈ ਨਾ, ਆਪਦਾ ਆਪਦੇ ਹਿਸਾਬ ਨਾਲ ਬੰਦਾ
ਆਪਦੀ ਡਾਇਟ ਪ੍ਰਪੇਅਰ ਕਰ ਸਕਦਾ ਵਾ। ਅਤੇ ਜਿਹੜੀ ਮੇਰੀ ਡਾਇਟ ਆ ਉਹ 5 ਮੀਲ ਆ, ਕਦੇ ਕਦੇ 6 ਮੀਲ ਵੀ ਹੋ ਜਾਂਦੀ ਹੈ। 5 ਮੀਲ ਦੀ ਡਾਇਟ ਆ ਮੇਰੀ ਪ੍ਰੋਪਰ ਹੈਗੀ ਆ, ਜਿਹੜੀ ਪੂਰੀ ਰੂਟੀਨ ਦੀ ਚੱਲਦੀ ਆ, ਜਿਹਦੇ ਵਿੱਚ ਆਂਡੇ, ਕੇਲੇ, ਫਰੂਟ, ਆਪਣਾ ਉਹਨੂੰ ਕੀ ਕਹਿੰਦੇ ਹੁੰਦੇ ਆ, ਸਲਾਦ, ਦਹੀਂ, ਠੀਕ ਆ, ਅਤੇ ਸਾਰਾ ਕੁਛ ਮਤਲਬ ਇਨਕਲੂਡ ਆ। ਪ੍ਰੋਪਰ ਟਾਈਮ ਟੂ ਟਾਈਮ ਜਿਹੜੀ ਆਪਣੀ ਡਾਇਟ ਚੱਲਦੀ ਰਹਿੰਦੀ ਆ। ਅਤੇ ਜੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਬੈੱਲ ਆਈਕੋਨ ਵਾਲਾ ਬਟਨ ਵੱਢ ਦਿਓ ਮੇਰੇ ਵੀਰਿਓ, ਵੱਢ ਦਿਓ। ਬਾਕੀ ਲਾਸਟ ਦੀ ਗੱਲ ਇੱਕ ਹੋਰ, ਆਹ ਸ਼ੋਨ ਨਹੀਂ ਬੰਨਿਆ, ਸਿਰ ਦੁੱਖਦਾ ਸੀ ਤਾਂ ਗਿਆ, ਕਿਉਂਕਿ ਮੈਨੂੰ ਪਤਾ ਕਈ ਕਮੈਂਟ ਕਰਨਗੇ ਲਾ ਬਈ ਉਹ ਕੀ ਕਰੀ ਜਾਂਦਾ, ਉਹ ਕਰੀ ਜਾਂਦਾ, ਤਾਂ ਸਿਰ ਦੁੱਖਦਾ ਪਿਆ ਸੀ, ਇਸ ਕਰਕੇ ਬਣ ਕੇ ਗਿਆ ਸੀ। ਬਾਏ ਬਾਏ।